अजकल दी नौजवान पीढ़ी व्याह वर्गे पवित्र रिश्तियां नूं बदनाम करन तों पहलां एक वार भी नहीं सोचदी अते ना ही ओ ए सोचदी है कि साडा लिया होया एक गलत फैसला परिवार दी खुशियां अते इज्जत नूं मिट्टी विच मिला देवेगा। साडी अज दी इह वीडियो एक ऐसी ही घटना ते आधारित है। होशियारपुर इलाके दी रहण वाली एक लड़की जिसका नाम सिमरजीत सी, उसकी उम्र 25 साल की ही सी। वह लड़की सिख परिवार तों बिलोंग करदी सी अते बीए फाइनल ईयर की पढ़ाई कर रही सी। उसके परिवार के मर्द काफी स्ट्रिक्ट सन ਅਤੇ ਅਸੂਲਾਂ ਦੇ ਕਾਫੀ ਪੱਕੇ ਅਣਖੀ ਸਰਦਾਰ ਸਨ। ਉਹਨਾਂ ਨੂੰ ਆਪਣੀ ਧੀ ਉੱਤੇ ਬਹੁਤ ਮਾਣ ਸੀ ਅਤੇ ਕਹਿੰਦੇ ਨੇ ਕਿ ਉਹਨਾਂ ਸਮਿਆਂ ਵਿੱਚ ਸਿਮਰਜੀਤ ਦੇ ਜਨਮ ਤੇ ਉਹਨਾਂ ਬਹੁਤ ਜਸ਼ਨ ਮਨਾਏ ਸਨ ਤੇ ਪਿੰਡ ਵਿੱਚ ਲੱਡੂ ਵੀ ਵੰਡੇ ਸਨ। ਉਹਨਾਂ ਦਾ ਕਹਿਣਾ ਸੀ ਕਿ ਅਸੀਂ ਆਪਣੀ ਧੀ ਨੂੰ ਪ੍ਰੋਫੈਸਰ ਬਣਾਵਾਂਗੇ। ਉਹਨਾਂ ਦਾ ਮੰਨਣਾ ਸੀ ਕਿ ਧੀਆਂ ਤੇ ਪੁੱਤਾਂ ਵਿੱਚ ਕੋਈ ਫਰਕ ਨਹੀਂ ਹੁੰਦਾ। ਸੋ ਪਿੰਡ ਵਿੱਚ ਸਿਮਰ ਦੇ ਪਿਤਾ ਅਤੇ ਭਰਾ ਸੀਨਾ ਤਾਣ ਕੇ ਚੱਲਦੇ ਸਨ। ਇਧਰ ਸਿਮਰ ਬੀਏ ਫਾਈਨਲ ਵਿੱਚ ਕੁਝ ਹੋਰ ਹੀ ਗੁਣ ਦਿਖਾ ਰਹੀ ਸੀ। ਉਸਦੀ ਆਪਣੀ ਕਲਾਸ ਵਿੱਚ ਹੀ ਪੜ੍ਹਦੇ ਮੁੰਡੇ ਨਾਲ ਗੱਲਬਾਤ ਹੋ ਜਾਂਦੀ ਹੈ। ਸਮਝ ਨਹੀਂ ਆ ਰਿਹਾ ਸੀ ਕਿ ਉਸਦੀ ਉਮਰ ਦਾ ਕਸੂਰ ਸੀ ਜਾਂ ਉਸਦੇ ਦਿਮਾਗ ਤੇ ਹੀ ਪਰਦਾ ਪੈ ਗਿਆ ਸੀ। ਉਸ ਨੂੰ ਇਹ ਵੀ ਭੁੱਲ ਗਿਆ ਸੀ ਕਿ ਮੇਰੇ ਪਿਤਾ ਅਤੇ ਮੇਰੇ ਭਰਾ ਮੇਰੇ ਕਰਕੇ ਹੀ ਪਿੰਡ ਵਿੱਚ ਇੰਨਾ ਮਾਣ ਕਰਦੇ ਹਨ ਤੇ ਮੈਨੂੰ ਸਿਮਰ ਪੁੱਤ ਕਰਦੇ ਨਹੀਂ ਥੱਕਦੇ। ਬੀਏ ਕੰਪਲੀਟ ਹੋਈ ਤਾਂ ਸਿਮਰ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਗਏ। ਸਿਮਰ ਦੀ ਮਾਸੀ ਨੇ ਇੱਕ ਬਹੁਤ ਹੀ ਵਧੀਆ ਮੁੰਡੇ ਦੀ ਦੱਸ ਪਾਈ ਜੋ ਕਿ ਪੜ੍ਹਿਆ ਲਿਖਿਆ ਤੇ ਸਜਦਾ ਫਾਵਦਾ ਸੀ, ਨਸ਼ੇ ਪੱਤੇ ਤੋਂ ਵੀ ਦੂਰ ਸੀ ਤੇ ਘਰ ਬਾਰ ਵੀ ਚੰਗਾ ਸੀ। ਸਿਮਰ ਦੇ ਪਰਿਵਾਰ ਵਾਲਿਆਂ ਨੂੰ ਮੁੰਡਾ ਪਸੰਦ ਆ ਗਿਆ ਕਿਉਂਕਿ ਮੁੰਡਾ ਸਿਮਰ ਨੂੰ ਅੱਗੇ ਪੜ੍ਹਾਈ ਕਰਾਉਣ ਲਈ ਵੀ ਤਿਆਰ ਸੀ। ਪਰ ਸਿਮਰ ਲਗਾਤਾਰ ਟਾਲ ਮਟੋਲ ਕਰ ਰਹੀ ਸੀ ਤੇ ਨਾ ਹੀ ਡਰਦੀ ਮਾਰੀ ਪਰਿਵਾਰ ਵਾਲਿਆਂ ਨੂੰ ਸੱਚ ਦੱਸ ਰਹੀ ਸੀ ਕਿ ਉਹ ਕਿਸੇ ਹੋਰ ਮੁੰਡੇ ਨੂੰ ਪਸੰਦ ਕਰਦੀ ਹੈ, ਕਿਉਂਕਿ ਜਿਸ ਮੁੰਡੇ ਨੂੰ ਉਹ ਪਸੰਦ ਕਰਦੀ ਸੀ ਨਾ ਤਾਂ ਉਹ ਉਸ ਮੁੰਡੇ ਜਿੰਨਾ ਸੋਹਣਾ ਸੁਨੱਖਾ ਸੀ, ਘਰ ਬਾਰ ਤੋਂ ਵੀ ਗਰੀਬ ਸੀ ਤੇ ਥੋੜਾ ਬਹੁਤ ਨਸ਼ਾ ਪੱਤਾ ਵੀ ਕਰਦਾ ਸੀ। ਬਸ ਕਹਿ ਸਕਦੇ ਹਾਂ ਕਿ ਉਸ ਮੁੰਡੇ ਦੀਆਂ ਗੱਲਾਂ ਦੇ ਝਾਂਸੇ ਵਿੱਚ ਆ ਕੇ ਹੀ ਉਹ ਉਸ ਮੁੰਡੇ ਨਾਲ ਰਿਲੇਸ਼ਨ ਵਿੱਚ ਆ ਗਈ ਸੀ, ਕਿਉਂਕਿ ਉਹ ਸਿਰਫ ਗੱਲਾਂ ਦਾ ਹੀ ਖਿਡਾਰੀ ਸੀ, ਹੋਰ ਉਸਦੇ ਪੱਲੇ ਕੁਝ ਵੀ ਨਹੀਂ ਸੀ। ਸੋ ਆਪਣੇ ਮਾਪਿਆਂ ਨੂੰ ਉਸ ਮੁੰਡੇ ਬਾਰੇ ਦੱਸੇ ਵੀ ਤਾਂ ਕੀ ਦੱਸੇ, ਇੱਕ ਪਾਸੇ ਸੋਨੇ ਵਰਗਾ ਰਿਸ਼ਤਾ ਸੀ ਤੇ ਦੂਜੇ ਪਾਸੇ ਸਿਰਫ ਗੱਲਾਂ ਦਾ ਗਲਾਕੜ। ਸੋ ਉਹ ਕੁਝ ਵੀ ਨਾ ਕਹਿ ਸਕੀ ਤੇ ਰਿਸ਼ਤਾ ਪੱਕਾ ਹੋ ਗਿਆ। ਦੋਵਾਂ ਪਰਿਵਾਰਾਂ ਨੇ ਇੱਕ ਵਧੀਆ ਜਿਹਾ ਦਿਨ ਦੇਖ ਕੇ ਮੰਗਣੀ ਰੱਖ ਲਈ। ਮੰਗਣੀ ਦੀ ਰਸਮ ਬੜੀ ਧੂਮਧਾਮ ਨਾਲ ਕੀਤੀ ਗਈ ਤੇ ਨਾਲ ਹੀ ਨਾਲ ਵਿਆਹ ਦੀ ਤਰੀਕ ਵੀ ਪੱਕੀ ਕਰ ਦਿੱਤੀ ਗਈ। ਸਿਮਰ ਉਸ ਵਿਆਹ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ। ਉਧਰ ਜਿਸ ਮੁੰਡੇ ਨੂੰ ਉਹ ਪਸੰਦ ਕਰਦੀ ਸੀ ਉਹ ਵੀ ਕੋਈ ਲੜ ਸਿਰਾ ਨਹੀਂ ਫੜਾ ਰਿਹਾ ਸੀ, ਕਿਉਂਕਿ ਕੁੜੀਆਂ ਨੂੰ ਯੂਜ਼ ਕਰਨਾ ਉਸਦਾ ਸ਼ੌਂਕ ਸੀ। ਪਰ ਸਿਮਰ ਉਸਦੇ ਪਿਆਰ ਵਿੱਚ ਪਾਗਲ ਹੋ ਚੁੱਕੀ ਸੀ ਤੇ ਉਸਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਉਹ ਟਾਲ ਮਟੋਲ ਕਿਉਂ ਕਰ ਰਿਹਾ ਹੈ। ਜਦੋਂ ਸਿਮਰ ਨੇ ਉਸ ਮੁੰਡੇ ਨੂੰ ਕਿਹਾ ਕਿ ਮੈਨੂੰ ਕਿਤੇ ਲੈ ਜਾ ਨਹੀਂ ਤਾਂ ਮੈਂ ਕੁਝ ਖਾ ਕੇ ਮਰ ਜਾਊਂਗੀ, ਤਾਂ ਇੱਕ ਵਾਰ ਉਹ ਮੁੰਡਾ ਡਰ ਗਿਆ ਤੇ ਉਸਨੇ ਉਸਨੂੰ ਘਰੋਂ ਭਜਾਉਣ ਲਈ ਹਾਂ ਕਰ ਦਿੱਤੀ। ਹੁਣ ਉਹਨਾਂ ਨੇ ਘਰ ਤੋਂ ਭੱਜਣ ਲਈ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਹਰ ਵਾਰ ਕਿਸੇ ਨਾ ਕਿਸੇ ਕਾਰਨ ਉਹ ਅਸਫਲ ਹੋ ਜਾਂਦੇ। ਜਿਉਂ-ਜਿਉਂ ਵਿਆਹ ਦਾ ਦਿਨ ਨੇੜੇ ਆ ਰਿਹਾ ਸੀ ਉਵੇਂ ਹੀ ਪਰਿਵਾਰ ਵੱਲੋਂ ਸਿਮਰ ਦੇ ਘਰ ਤੋਂ ਬਾਹਰ ਜਾਣ ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਜਿਵੇਂ-ਜਿਵੇਂ ਦਿਨ ਬੀਤਦੇ ਗਏ ਉਵੇਂ ਹੀ ਉਹਨਾਂ ਨੇ ਭੱਜਣ ਦੀਆਂ ਹੋਰ ਸਕੀਮਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਉਹ ਅਸਫਲ ਰਹੇ। ਆਖਰ ਵਿਆਹ ਵਾਲਾ ਦਿਨ ਵੀ ਆ ਗਿਆ ਪਰ ਭੱਜਣ ਦੀਆਂ ਕੋਸ਼ਿਸ਼ਾਂ ਉਹ ਕਰਦੇ ਹੀ ਰਹੇ। ਮੁੰਡੇ ਨੇ ਹੁਣ ਇਹ ਪਲਾਨ ਬਣਾਇਆ ਕਿ ਜਦੋਂ ਤੂੰ ਪਾਰਲਰ ਤੇ ਤਿਆਰ ਹੋਣ ਲਈ ਜਾਵੇਂਗੀ ਤਾਂ ਮੈਂ ਤੈਨੂੰ ਉੱਥੋਂ ਭਜਾ ਕੇ ਲੈ ਜਾਵਾਂਗਾ। ਪਰ ਉਹਨਾਂ ਦਾ ਇਹ ਪਲਾਨ ਵੀ ਨਾਕਾਮ ਰਿਹਾ ਕਿਉਂਕਿ ਕੁੜੀ ਦੇ ਭਰਾ ਨੇ ਪਾਰਲਰ ਵਾਲੀ ਹੀ ਪੈਲਸ ਵਿੱਚ ਸੱਦ ਲਈ। ਫਿਰ ਉਹਨਾਂ ਪਲਾਨ ਬਣਾਇਆ ਕਿ ਜਦੋਂ ਉਹ ਗੁਰਦੁਆਰਾ ਸਾਹਿਬ ਲਾਵਾਂ ਲੈਣ ਲਈ ਜਾਣਗੇ ਤਾਂ ਰਸਤੇ ਚੋਂ ਹੀ ਮੈਂ ਤੈਨੂੰ ਭਜਾ ਲਵਾਂਗਾ। ਪਰ ਇਹ ਪਲਾਨ ਵੀ ਉਹਨਾਂ ਦਾ ਫੇਲ ਰਿਹਾ। ਇਹ ਸਾਰੇ ਪਲਾਨ ਉਹਨਾਂ ਦੇ ਫੋਨ ਤੇ ਚੈਟ ਰਾਹੀਂ ਬਣ ਰਹੇ ਸਨ। ਸੋ ਦੋਵੇਂ ਪਰਿਵਾਰ ਆਨੰਦ ਕਾਰਜ ਲਈ ਗੁਰਦੁਆਰਾ ਸਾਹਿਬ ਪਹੁੰਚੇ। ਹੁਣ ਮੁੰਡਾ ਕੁੜੀ ਨੂੰ ਆਨੰਦ ਕਾਰਜ ਦੀ ਰਸਮ ਲਈ ਇਕੱਠੇ ਬਿਠਾਇਆ ਗਿਆ ਪਰ ਸਿਮਰ ਨੇ ਆਪਣੇ ਹੱਥ ਵਿੱਚ ਅਜੇ ਵੀ ਫੋਨ ਫੜਿਆ ਹੋਇਆ ਸੀ, ਜਿਸ ਨੂੰ ਦੇਖ ਕੇ ਪਹਿਲਾਂ ਤਾਂ ਲਾੜੇ ਨੇ ਇਗਨੋਰ ਕਰ ਦਿੱਤਾ ਪਰ ਸਿਮਰ ਵਾਰ-ਵਾਰ ਫੋਨ ਚੈੱਕ ਕਰ ਰਹੀ ਸੀ। ਇਸ ਲਈ ਲਾੜੇ ਨੂੰ ਉਸ ਤੇ ਕੁਝ ਸ਼ੱਕ ਹੋਣ ਲੱਗਾ ਕਿਉਂਕਿ ਜ਼ਿੰਦਗੀ ਦੇ ਸਭ ਤੋਂ ਅਹਿਮ ਪਲਾਂ ਦੇ ਵਿੱਚ ਵੀ ਲਾੜੀ ਨੂੰ ਫੋਨ ਦੀ ਇੰਨੀ ਕੀ ਜ਼ਰੂਰਤ ਸੀ। ਗੁਰੂ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਹੋ ਰਹੇ ਹਨ ਪਰ ਇਸ ਨੂੰ ਫੋਨ ਚਲਾਉਣਾ ਜ਼ਿਆਦਾ ਜ਼ਰੂਰੀ ਹੈ। ਪਰ ਸਿਮਰ ਨੂੰ ਅਜੇ ਵੀ ਮੈਸੇਜ ਆਈ ਜਾ ਰਹੇ ਸਨ ਕਿਉਂਕਿ ਉਹ ਮੁੰਡਾ ਭੱਜਣ ਦੇ ਅਜੇ ਵੀ ਪਲਾਨ ਬਣਾਈ ਜਾ ਰਿਹਾ ਸੀ। ਕ੍ਰਾਂਤੀ ਸਿੰਘ ਨੇ ਪਹਿਲੀ ਲਾਮ ਪੜ੍ਹਨੀ ਸ਼ੁਰੂ ਕੀਤੀ ਤੇ ਲਾੜਾ ਲਾੜੀ ਨੇ ਗੁਰੂ ਸਾਹਿਬ ਦੀ ਪਰਿਕਰਮਾ ਕਰਨੀ ਸ਼ੁਰੂ ਕੀਤੀ। ਜਦੋਂ ਉਹ ਮੱਥਾ ਟੇਕ ਕੇ ਵਾਪਸ ਬੈਠਣ ਲੱਗੇ ਤਾਂ ਕੁੜੀ ਨੂੰ ਫਿਰ ਤੋਂ 3-4 ਮੈਸੇਜ ਆਏ ਤੇ ਲਾੜੀ ਚੈਟ ਦਾ ਰਿਪਲਾਈ ਕਰਨ ਹੀ ਲੱਗੀ ਸੀ ਕਿ ਲਾੜੇ ਨੇ ਉਸਦੇ ਹੱਥ ਚੋਂ ਫੋਨ ਖੋਲਿਆ। ਲਾੜੇ ਨੇ ਜਦੋਂ ਉਹ ਚੈਟ ਪੜ੍ਹੀ ਤਾਂ ਉਹ ਹੱਕਾ ਬੱਕਾ ਰਹਿ ਗਿਆ ਤੇ ਉਸਨੂੰ ਬਹੁਤ ਜ਼ਿਆਦਾ ਗੁੱਸਾ ਆਇਆ। ਉਹ ਉਸੇ ਸਮੇਂ ਉਸ ਜਗ੍ਹਾ ਤੋਂ ਉੱਠ ਖੜਾ ਹੋਇਆ ਤੇ ਕਹਿਣ ਲੱਗਾ ਕਿ ਮੈਂ ਇਹ ਵਿਆਹ ਨਹੀਂ ਕਰਾਂਗਾ। ਗ੍ਰੰਥੀ ਸਿੰਘ ਨੇ ਵੀ ਲਾਵਾਂ ਉਸੇ ਵਕਤ ਬੰਦ ਕਰ ਦਿੱਤੀਆਂ। ਸਾਰੇ ਹੈਰਾਨ ਸਨ ਕਿ ਇੱਕਦਮ ਅਜਿਹਾ ਕੀ ਹੋ ਗਿਆ ਹੈ ਤਾਂ ਮੁੰਡੇ ਨੇ ਉੱਚੀ-ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਕਿ ਇਹ ਕਿਸੇ ਮੁੰਡੇ ਦੇ ਨਾਲ ਚੈਟ ਕਰ ਰਹੀ ਸੀ ਤੇ ਉਸੇ ਦੇ ਨਾਲ ਭੱਜਣ ਦੀਆਂ ਤਿਆਰੀਆਂ ਵੀ ਕਰ ਰਹੀ ਸੀ। ਲਾੜੇ ਨੇ ਕਿਹਾ ਕਿ ਮੈਂ ਨੋਟਿਸ ਤਾਂ ਪਹਿਲਾਂ ਵੀ ਕੀਤਾ ਸੀ ਪਰ ਮੈਂ ਇਗਨੋਰ ਕਰ ਦਿੱਤਾ ਸੀ। ਮੰਗਣੀ ਤੋਂ ਲੈ ਕੇ ਵਿਆਹ ਤੱਕ ਸਾਡੀ ਜਿੰਨੀ ਵੀ ਵਾਰ ਫੋਨ ਤੇ ਗੱਲ ਹੋਈ ਹੈ ਇਸਨੇ ਮੇਰੇ ਨਾਲ ਕਦੇ ਵੀ ਚੱਜ ਨਾਲ ਗੱਲ ਨਹੀਂ ਕੀਤੀ ਸੀ। ਮੈਂ ਸੋਚਿਆ ਕਿ ਸ਼ਾਇਦ ਕੁੜੀ ਸਾਊ ਸੁਭਾਅ ਦੀ ਹੋਵੇਗੀ ਅਤੇ ਮੇਰੇ ਤੋਂ ਸ਼ਰਮਾਉਂਦੀ ਹੋਵੇਗੀ ਪਰ ਇਸ ਦੀ ਅਸਲੀਅਤ ਤਾਂ ਮੈਨੂੰ ਅੱਜ ਪਤਾ ਲੱਗੀ ਹੈ। ਮੈਂ ਇਹ ਵਿਆਹ ਨਹੀਂ ਕਰ ਸਕਦਾ।
ਜਦੋਂ ਕੁੜੀ ਦੇ ਪਿਤਾ ਅਤੇ ਭਰਾ ਨੇ ਕੁੜੀ ਤੋਂ ਪੁੱਛਿਆ ਕਿ ਇਹ ਸਭ ਕੀ ਹੈ ਤਾਂ ਕੁੜੀ ਨੇ ਡਰਦੀ ਹੋਈ ਨੇ ਦੱਸਿਆ ਕਿ ਮੇਰੀ ਕਿਸੇ ਹੋਰ ਮੁੰਡੇ ਨਾਲ ਗੱਲਬਾਤ ਹੈ ਤੇ ਮੈਂ ਇਹ ਰਿਸ਼ਤਾ ਨਹੀਂ ਕਰਨਾ ਚਾਹੁੰਦੀ ਸੀ ਪਰ ਮੈਂ ਤੁਹਾਨੂੰ ਦੱਸ ਹੀ ਨਹੀਂ ਪਾਈ ਇਸ ਲਈ ਅਸੀਂ ਘਰੋਂ ਭੱਜਣ ਦੀਆਂ ਕੋਸ਼ਿਸ਼ਾਂ ਕਰ ਰਹੇ ਸੀ ਇਸ ਦੇ ਸੰਬੰਧ ਵਿੱਚ ਹੀ ਮੈਂ ਉਸ ਮੁੰਡੇ ਨਾਲ ਚੈਟ ਕਰ ਰਹੀ ਸੀ ਮੁੰਡੇ ਵਾਲਿਆਂ ਨੇ ਕੁੜੀ ਦੇ ਪਿਤਾ ਅਤੇ ਭਰਾ ਨੂੰ ਬਹੁਤ ਖਰੀ ਖੋਟੀ ਸੁਣਾਈ ਕਿ ਤੁਸੀਂ ਵੱਡੇ ਇੱਜ਼ਤਦਾਰ ਬਣੇ ਫਿਰਦੇ ਸੀ ਆਪਣੀ ਕੁੜੀ ਤੁਹਾਡੇ ਤੋਂ ਸਾਂਭੀ ਨਹੀਂ ਗਈ ਚੰਗਾ ਹੋਇਆ ਇਹ ਵਿਆਹ ਸਿਰੇ ਨਹੀਂ ਚੜਿਆ ਨਹੀਂ ਤਾਂ ਇਸਨੇ ਸਾਡੀ ਵੀ ਨੱਕ ਡੋਬ ਦੇਣੀ ਸੀ ਕਿਉਂਕਿ ਇਹਨੇ ਵਿਆਹ ਤੋਂ ਬਾਅਦ ਵੀ ਇਹੀ ਲੱਛਣ ਕਰਨੇ ਸਨ ਸਾਰਿਆਂ ਦੇ ਸਾਹਮਣੇ ਉਸ ਕੁੜੀ ਦੀ ਬਹੁਤ ਬੇਇੱਜ਼ਤੀ ਹੋਈ ਜਿਸ ਨੇ ਆਪਣੇ ਪਿਓ ਤੇ ਭਰਾ ਦੀ ਪੱਗ ਸ਼ਰੇਆਮ ਸਭ ਦੇ ਸਾਹਮਣੇ ਰੋਲ ਦਿੱਤੀ ਸੀ ਸਭ ਲੋਕ ਇਹ ਕਹਿ ਰਹੇ ਸੀ ਕਿ ਇਹੋ ਜਿਹੀਆਂ ਧੀਆਂ ਕਰਕੇ ਹੀ ਲੋਕ ਧੀਆਂ ਜੰਮਣ ਤੋਂ ਡਰਦੇ ਹਨ ਨਿੱਕੀਆਂ ਧੀਆਂ ਤਾਂ ਸਭ ਨੂੰ ਪਿਆਰੀਆਂ ਲੱਗਦੀਆਂ ਹਨ ਪਰ ਅਸਲ ਪਰਖ ਤਾਂ ਉਹਨਾਂ ਦੀ ਜਵਾਨੀ 'ਚ ਹੁੰਦੀ ਹੈ ਕਿ ਉਹ ਆਪਣੇ ਪਿਓ ਦੀ ਪੱਗ ਨੂੰ ਉੱਚਾ ਚੱਕਦੀਆਂ ਨੇ ਜਾਂ ਫਿਰ ਪੈਰਾਂ 'ਚ ਰੋਲਦੀਆਂ ਨੇ ਇੱਕ ਮਾਂ ਬਾਪ ਅਤੇ ਭਰਾ ਆਪਣੀਆਂ ਧੀਆਂ ਭੈਣਾਂ ਨੂੰ ਆਪਣੇ ਸਿਰ ਦਾ ਤਾਜ ਸਮਝ ਕੇ ਮਾਣ ਕਰਦੇ ਹਨ ਉਹਨਾਂ ਲਈ ਸੁਪਨੇ ਦੇਖਦੇ ਹਨ ਪਰ ਕੁਝ ਕੁ ਕੁੜੀਆਂ ਬਾਕੀ ਕੁੜੀਆਂ ਲਈ ਵੀ ਕੰਢੇ ਬੀਜ ਜਾਂਦੀਆਂ ਹਨ ਲੋੜ ਹੈ ਚੰਗੀ ਪਰਵਰਿਸ਼ ਦੀ ਚੰਗੀ ਸਿੱਖਿਆ ਦੀ ਅਤੇ ਗੁਰਬਾਣੀ ਨਾਲ ਜੁੜਨ ਦੀ ਜਿਸ ਨੂੰ ਗੁਰਬਾਣੀ ਨਾਲ ਗੁਰੂ ਨਾਲ ਪਿਆਰ ਪੈ ਗਿਆ ਉਸ ਨੂੰ ਦੁਨਿਆਵੀ ਪਿਆਰਾਂ ਦੀ ਲੋੜ ਹੀ ਨਹੀਂ ਰਹਿੰਦੀ ਪਿਆਰ ਕਰਨਾ ਹੈ ਤਾਂ ਆਪਣੇ ਮਾਂ ਬਾਪ ਅਤੇ ਗੁਰੂ ਨਾਲ ਕਰੋ ਕਿਉਂਕਿ ਇਸ ਵਿੱਚ ਧੋਖਾ ਸਵਾਰਥ ਚਲਾਕੀਆਂ ਅਤੇ ਠੱਗੀਆਂ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਧੰਨਵਾਦ